एक हजार की बड़ी टेंशन होंगी है। बॉइंग 777 कितने अपना? आपके कारोबार क्या है सर? कौन कौन से कारोबार की बात? कारोबार अमेरिका आला, कनाडा आला, यूके आला, लाहौर आला, पेशावर आला। आपके पास गाड़ियाँ कितनी है? केड़ी केड़ी गाड़ी की गल कर रहे पाए ना? अमेरिका वाली, कनाडा वाली, यूके वाली, फ्रांस वाली, लाहौर वाली, पेशावर वाली, केड़ी केड़ी गाड़ी की? आपके अब्बा जी किधर है? केड़े केड़े भाई की गल कर रहे हो? क्यों नहीं कोई हुंदा है? लो बन गया एटे भी अमीर नहीं बनना के साढ़े बारह अब्बा जी ने। ₹2 करोड़ मेरी बचत हो जाती है, मेरे अकाउंट ही कतर च ने। इसके अलावा आपके कितने घर है सर? केड़े केड़े घर की गल करो? साडा ते समंदर दे विच घर है। ये छड़नी है फिर लम्मी छड़। ओनू भलेखा लगा जी साडे घर च समुंदर है। खुदा दा वास्ता ओ छड़ साले जड़ी फड़ी नहीं जाए दूजी दीवार बनी नहीं वेखी कि आपके अकाउंट कहाँ का है? सारे अकाउंट साडे अपना अल्फला बैंक जरा फोन कर। क्यों जी? अपना बल्कि इस करा अस्करी जी कर जरा जी जी उन्हों राउफ नु पूछ जरा के साडे पैसे दी गिनती बंद होई कि चल रही है? नहीं अजे 33 ठीपे गिने उन्होंने। लंबी जी छड़ लंबी। अच्छा लंबी छड़नी लंबी। आपके घर में एसी कितने है? एसी तो बहुत तनु गड्डी एडी लंबी है सर। लंबी छड़ो फुल लंबी। एडी लंबी गड्डी है साडे कोल? एडी लंबी गड्डी एक दिन असि तिना भरावा कराची जाना। अच्छा ड्राइवर अपनी सीट पे बैठा सी, तिन्ने भरा पिछली सीट पे बैठे। फिर क्या हुआ? ड्राइवर सिंध पहुंच गया सी अजे मुल्तान सर। देख लाओ कि एसी ते याद है एक फ्लाइंग कोच आने सानू आके ਤੁਹਾਡੀ ਗੱਡੀ ਪਿੱਛੋਂ ਪੈਂਚਰ ਹੋ ਗਈ। एसी ਸਾਡੇ ਘਰ ਚ ਬਹੁਤ ਨੇ ਜੀ। एसी ਜੇਕਰ ਤੁਸੀਂ ਉਸ ਕਮਰੇ ਚ ਸੌ ਜਾਓ एसी ਵਾਲੇ ਚ ਤੁਸੀਂ ਸਵੇਰੇ ਉੱਠ ਕੇ ਕਹੋ एसी ओसी ओवीसी। सर आप खाने में क्या लेंगे? कुछ मटन मंगवा लें। मटन मुटन क्या होता है? फिर अपना तितर बटेर तलौर से ऊपर की बात करें। अरे वाह वाह सब कुछ है। 100 किलो तलौर पकाया सी। सौ रंगे तलौर को बचे की होया ओ चीते च कीमा भर रहा सब दौड़ गया। दौड़ गया क्यों? मर्चां क्यों पाइया हमें? इस वजह तो ਕਿੱਥੇ ਭਰਨ ਡਿਆ ਸੀ ਜਿਹੜਾ ਦੌੜ ਗਿਆ? ਨਹੀਂ ਨਹੀਂ ਖਾਣੇ ਤੇ ਬਹੁਤ ਪੱਕੇ ਖਾਣੇ ਹਾਂ। ਬਹੁਤ ਖਾਣੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ। ਹਾਂ ਪੀਲੀ ਦਾਲ ਪਕਾਈ ਹੈ ਵਿੱਚ ਮਗਰਮੱਛ ਪਾਇਆ। ਬਹੁਤ ਅੱਛੀ ਉਹ ਪੀਲੀ ਦਾਲ ਜੀ ਅੱਛਾ ਲੱਗਦਾ। ਹਾਂ ਨਹੀਂ ਤੇ ਜਿਸ ਤਰ੍ਹਾਂ ਉਹਨੇ ਖਾਣੀ ਸੀ ਉਹਨੇ ਪੀਲੀ ਕਰ ਦੇਣੀ ਸੀ। ਔਰ ਮਗਰਮੱਛ ਨਾ ਦਾਲ ਚੋਂ ਨਿਕਲ ਕੇ ਤੁਹਾਡੀ ਮਾਂ ਦੇ ਮਗਰ ਚ ਲੱਗ ਗਿਆ। ਇਸੇ ਤੋਂ ਮਗਰਮੱਛ ਕਹਿੰਦੇ ਨੇ। ਘਰ ਦਾ ਪਾਲਿਆ ਨਾ ਖਾਣੇ ਬਹੁਤ ਪੱਕੇ। ਅੱਛਾ ਰੰਗ ਬਰੰਗੇ ਜੀ ਜੀ ਪਲੇਟਾਂ ਦੋ ਹੀ मेहमान भी दो ही ने। इतने ले लौट हैं आप? साथी अपना रिश्तेदारी भी लिख क्यों रहे? कौन सी रिश्तेदारी कैसी रिश्तेदारी? अब हम इनकम टैक्स डिपार्टमेंट से आ रहे हैं। इनकम टैक्स असि तो समझे इनकम टैक्स वाला है। आपकी वालदा किधर है? वो तो इशारे तो मंगन गए ने जनाब। ਸਾਦੀ ਨਹੀਂ ਮੰਗਦੀ ਇਹ ਤੁਨੀ ਵਗਾ ਕੇ ਮੰਗਦੀ ਹੈ। ਸਾਰਿਆਂ ਤੇ ਆਟਮ ਸੌਂਗ ਕਰਦੀ। ਆਪ ਇਤਨੇ ਅਮੀਰ ਹੈ ਇਤਨੇ ਕਾਰੋਬਾਰ ਹੈ ਕਿਹੜੇ ਬੰਦਾ ਮਜ਼ਾਕ ਵੀ ਨਾ ਕਰੇ। ਉਹ ਬੰਦਾ ਮਜ਼ਾਕ ਵੀ ਨਾ ਕਰੇ। ਮਜ਼ਾਕ ਨਹੀਂ ਸਾਰਾ ਕੁਝ ਲੋਕ ਕੀ ਆਉਂਦੇ। ਅਬ ਆਪ ਅਰੈਸਟ ਹੋਗੇ ਜੇਲ ਜਾਏਗੇ। ਨਹੀਂ ਸਾਥੇ ਠੀਕ ਆ। ਨਹੀਂ ਹੈ ਜੇਲ ਨਹੀਂ ਨਹੀਂ ਓਕੇ ਬੋਲੇ ਸਾਰੇ ਜੇਲ ਜਾਏ ਜੇਲ ਜਾਏ
ਅੱਲਾ ਬੁੱਟਾ ਲਾ ਅਲਖ ਹੈ ਤੈਨੂੰ ਸਾਡਾ ਕੰਮ ਕਾਰੋਬਾਰ ਕੀ ਹੈ ਇਹੋ ਹੀ ਹੈ ਮੰਗਲੇ ਅਲਖ ਹੈ ਮੇਰੇ ਕਹਿਣ ਦਾ ਮਤਲਬ ਤੁਸੀਂ ਕਰਦੇ ਕੀ ਹੋ ਅਸੀਂ ਕੁਝ ਨਹੀਂ ਕਰਦੇ ਜਿਹੜਾ ਇੱਥੇ ਆਂਦਾ ਉਹ ਕਰਦਾ ਜਨਾਬ ਅਸੀਂ ਪਹਿਲਾਂ ਗਰੀਬ ਹੈਗੇ ਤੁਸੀਂ ਵਾਕਈ ਗਰੀਬ ਹੋ ਅਸੀਂ ਤੇ ਇੰਨੇ ਗਰੀਬ ਆ ਮੇਰੇ ਪਿਓ ਦੀ ਲੱਕੜ ਦੀ ਲੱਤ ਤੇ ਉਹਨੂੰ ਵੀ ਫਲ ਜੋਇਆ ਇਹਦਾ ਮਤਲਬ ਹੈ ਕਿ ਮੇਰੀਆਂ ਭੈਣਾਂ ਨੇ ਝੂਠ ਬੋਲਿਆ ਸੀ ਉਹ ਤੇ ਕਹਿੰਦੀਆਂ ਸਰ ਕਿ ਬੜੇ ਪੈਸੇ ਵਾਲੇ ਤੇ ਅਮੀਰ ਆਦਮੀ ਨੇ ਸਾਡੇ ਘਰ ਸਾਰੇ ਮਹਿਕਮੇ ਪੁੱਠੇ ਆਣ ਰਹੇ ਤੁਸੀਂ ਉਹ ਹਾਂਜੀ ਦੱਸੋ ਦੱਸੇ ਇਸ ਗੱਲ ਤੋਂ ਬਾਅਦ ਇੱਥੇ ਇੱਕ ਮਿੰਟ ਵੀ ਬਰਦਾਸ਼ਤ ਨਹੀਂ ਕਰਨਗੇ ਲਓ ਜਨਾਬ ਮੈਂ ਤੁਹਾਡੇ ਅੱਗੇ ਜਾ ਰਿਹਾ ਸਾਂ ਅੱਛਾ ਸਾਡੇ ਮਾਲਕਾਂ ਨੇ ਨਾ ਜੀ ਸ਼ਨਾਖਤੀ ਕਾਰਡ ਬਣਾ ਲਏ ਅੱਛਾ ਉਹਨਾਂ ਨੇ ਮੈਨੂੰ ਸ਼ਨਾਖਤੀ ਕਾਰਡ ਦਿੱਤੇ ਨੇ ਮੈਂ ਕਿਹਾ ਜੀ ਤੁਹਾਨੂੰ ਦੇ ਕੇ ਨਾ ਤੇ ਤੁਹਾਡੇ ਕੋਲ ਪੈਸੇ ਲੈ ਕੇ ਦੇ ਅਕਾਊਂਟ 'ਚ ਜਮ੍ਹਾਂ ਕਰਾ ਲਾਂਜਾ ਝੂਠ ਨਾ ਬੋਲੀ ਮੈਨੂੰ ਕੀ ਜ਼ਰੂਰਤ ਹੈ ਜੀ ਝੂਠ ਬੋਲਣ ਦੀ ਤੇਰੀ ਸ਼ਕਲ ਤੋਂ ਲੱਗਦਾ ਝੂਠ ਬੋਲਣਾ ਪਿਆ ਨਹੀਂ ਸ਼ਕਲ ਵੱਲੋਂ ਮੈਂ ਇਸ ਤਰ੍ਹਾਂ ਦਾ ਹੀ ਹਾਂ ਲੇਕਿਨ ਦਿਲੋਂ ਮੈਂ ਠੀਕ ਹਾਂ ਅੱਛਾ ਹਾਂ ਐਲਾ ਪੜ 10 ਲੱਖ ਰੁਪਇਆ ਲੈ ਲੈਣ ਬੁਲਾ ਹੋਰ ਵੀ ਦਵੋ ਨਾ ਐਲਾ ਪੜ 10 ਕਿੰਨਾ ਹੋ ਗਿਆ 20 ਹੋ ਗਿਆ ਐਲਾ ਪੜ 10 30 ਹੋ ਗਿਆ ਹਾਂ ਲਓ ਫਿਰ ਮੈਂ ਅਕਾਊਂਟ ਤੋਂ ਜਮ੍ਹਾਂ ਕਰਾ ਕੇ ਆ ਰਿਹਾ ਠੀਕ ਹੈ ਤੇ ਲੈਲਾ ਦੀ ਤਬੀਅਤ ਨਹੀਂ ਠੀਕ ਤੇ ਉਹਦੀ ਮਾਂ ਤੁਹਾਡੇ ਨਾਲ ਅੱਜ ਗਾਣਾ ਕਰੇ ਇਹ ਕੀ ਬਕਵਾਸ ਹੈ ਮੈਂ ਕਿਹਾ ਤੁਹਾਨੂੰ ਸ਼ਾਖੀ ਕਾਰਡ ਮਿਲ ਗਿਆ ਨਹੀਂ ਹਾਂਜੀ ਮਿਲ ਗਏ ਨੇ ਚਲੋ ਪੈਸੇ ਦਿਓ ਫਿਰ ਪੈਸੇ ਤੇ ਰਾਂਝਾ ਲੈ ਗਿਆ ਰਾਂਝਾ ਲੈ ਗਿਆ ਰਾਂਝੇ ਨੂੰ ਕਿਉਂ ਦਿੱਤੇ ਨੇ ਤੁਸੀਂ ਆ ਪੈਸੇ ਆ ਗਏ ਆ ਜਾਓ ਵੀ ਆ ਜਾਓ ਪੈਸੇ ਆ ਗਏ ਦੇਖੋ ਪੈਸੇ ਲੈ ਜਾਓ ਕਿ ਕਿ ਕੰਮ ਅੱਕ ਗਿਆ ਆ ਕਰਿਆ ਕਰ ਤੇਰੇ ਵਾਲਾ ਕੰਮ ਪੈਸੇ ਰਾਂਝਾ ਲੈ ਗਿਆ ਕਹਿੰਦਾ ਸੀ ਮੇਰੇ ਮਾਲਕਾਂ ਨੇ ਕਿਹਾ ਸ਼ਨਾਖਤੀ ਕਾਰਡ ਫੜੋ ਤੇ ਪੈਸੇ ਤੇ ਮੈਂ ਬੈਂਕ ਵਿੱਚ ਜਮ੍ਹਾਂ ਕਰਾਉਣ ਜਾਣੇ ਨੇ ਉਹਨੇ ਕੋ ਕਰਾਉਣ ਦੇ ਜਮ੍ਹਾਂ ਖਾਨਾ ਖਰਾਬ ਦੇ ਪੁੱਤਰ ਨੇ ਪਾਗਲ ਤੇ ਨਹੀਂ ਹੋ ਰਾਂਝੇ ਉਹ ਭਾਈ ਸਾਡੇ ਨਾਲ ਫਰਾਡ ਹੋ ਗਿਆ ਉਹ ਲੈ ਗਿਆ ਜੇ ਪੈਸੇ ਰਾਂਝਾ ਲੈ ਗਿਆ ਆ ਕੇ ਪੈਸੇ ਨਾ ਕਰੋ ਔਰ ਮੇਰੇ ਪੁੱਤਰ ਵੇਖ ਲਓ ਕਹਿੰਦੇ ਸੀ ਨਾਂ ਬਦਲਾਂਗੇ ਤੇ ਸਾਡੇ ਨਸੀਬ ਬਦਲ ਜਾਣਗੇ ਔਰ ਨਾਂ ਬਦਲਾ ਨਸੀਬ ਬਦਲਦੇ ਹੁੰਦੇ ਨਾ ਤੇ ਲੋਕ ਰੰਗ ਬਰੰਗੇ ਨਾਂ ਰੱਖਦੇ ਤੇ ਆਪਣੇ ਨਸੀਬ ਬਦਲ ਲੈਂਦੇ ਉਸ ਰੱਬ ਤੇ ਕੋਈ ਵੀ ਯਕੀਨ ਨਾ ਕਰਦਾ ਨਸੀਬ ਬਦਲਣਾ ਚਾਹੁੰਦੇ ਹੋ ਤਾਂ ਮਿਹਨਤ ਕਰੋ ਇਮਾਨਦਾਰ ਨਾਲ ਕੰਮ ਕਰੋ ਕੀ ਬਤੋ ਕਿਸੇ ਮਜਬੂਰ ਦਾ ਸਾਥ ਦਿਓ ਕਿਸੇ ਬੇਬਸ ਦਾ ਸਾਥ ਦਿਓ ਉਸ ਰੱਬ ਤੇ ਯਕੀਨ ਕਰੋ ਉਹਦੇ ਤੇ ਤਕਵਾ ਰੱਖੋ ਫਿਰ ਵੇਖੋ ਕਿਵੇਂ ਨਸੀਬ ਬਦਲਦੇ ਨੇ ਕਿਵੇਂ ਕਾਮਯਾਬੀਆਂ ਮਿਲਦੀਆਂ ਨੇ ਕਿਵੇਂ ਮੁਕੱਦਰ ਸਮਰਦੇ ਨੇ ਅੱਜ ਕੱਲ੍ਹ ਦੀ ਔਲਾਦ ਸਿਆਣੀ ਹੋ ਗਈ ਹੈ ਕਹਿੰਦੀ ਹੈ ਮਾਂ ਪਿਓ ਨੂੰ ਕੁਛ ਪਤਾ ਨਹੀਂ ਸਾਨੂੰ ਪਤਾ ਹੈ ਓਏ ਤੁਸੀਂ ਸਾਨੂੰ ਨਹੀਂ ਅਸੀਂ ਤੁਹਾਨੂੰ ਜੰਮੇ ਹਾਂ ਬਸ ਕਰ ਦਿਓ ਬਾਜੀ ਤੁਹਾਡੀਆਂ ਗੱਲਾਂ ਨੇ ਸਾਡੀਆਂ ਅੱਖਾਂ ਖੋਲ ਦਿੱਤੀਆਂ ਅੱਜ ਤੋਂ ਬਾਅਦ ਸਾਨੂੰ ਬੁਲਾਈ